मोगा के गांव चड़िक के नजदीक एक कार की चपेट में आने से दो बाइक सवार गंभीर रूप से जख्मी हो गए, जिनको उपचार के लिए मोगा के सिविल हॉस्पिटल में लाया गया, जहां से दोनों की हालत को गंभीर देखते हुए फरीदकोट रेफर कर दिया गया। उपचार के दौरान एक व्यक्ति की मौत हो गई। जानकारी के अनुसार इस सड़क हादसे को अंजाम देने वाली कार को पुलिस में तैनात एक हेड कांस्टेबल चला रहा था। कार पास के एक घर में जा घुसी, जहां पर कार चालक पुलिसकर्मी भी घायल हो गया। ਤੇ ਬਈ ਜੀ ਟਰੈਕ ਲੰਘ ਕੇ ਨਾ ਘੋੜੀਏ ਕੋਲ ਨਹਿਰ ਕੋਲ ਐਕਸੀਡੈਂਟ ਹੋਇਆ ਕਾਰ ਦਾ ਤੇ ਮੋਟਰਸਾਈਕਲ ਦਾ। ਅਸੀਂ ਭਾਈ ਘਨੱਈਆ ਸਮਾਜ ਸੇਵਾ ਕਮੇਟੀ ਵੱਲੋਂ ਗੱਡੀ ਬਣਾਈ ਹੈ, ਸਾਨੂੰ ਫੋਨ ਆਇਆ ਤੇ ਲੈ ਕੇ ਆਏ ਜੀ ਤੁਮ ਸਰਕਾਰੀ ਹਸਪਤਾਲ। ਕਿੰਨੇ ਬੰਦੇ ਜਖਮੀ ਆ? ਦੋ ਆ ਜੀ। ਕਿੰਨੀਆਂ ਸੱਟਾਂ ਨੇ ਇਹਨਾਂ ਦੇ? ਇਹਨਾਂ ਦੇ ਕਾਫੀ ਸੱਟਾਂ ਜੀ। ਕਾਰ ਟੁੱਟ ਗਈ ਹੈ ਜੀ, ਘਰ ਦੇ ਵਿੱਚ ਵੜ ਗਏ। ਉਹਦਾ ਨਹੀਂ ਪਤਾ ਜੀ ਸਾਨੂੰ, ਦੋ ਬੰਦੇ ਆ ਜੀ, ਇਹ ਦੋ ਹੀ ਚੱਕ ਕੇ ਲੈ ਆਉਂਦੇ ਆ। ਸਾਨੂੰ ਤਾਂ ਫੋਨ ਕੀਤਾ ਤੇ ਮੌਕੇ ਤੇ ਜਾ ਵੜੇ, ਸਾਨੂੰ ਨਹੀਂ ਪਤਾ ਕਾਰ ਦੇ ਵਿੱਚ ਕੌਣ ਸੀ ਕਿਵੇਂ ਆ ਜੀ। ਦੋ ਜਖਮੀ ਸੀ ਉਹ ਲਿਆਉਂਦੇ ਜੀ। ਸਵੇਰੇ ਇੱਕ ਐਕਸੀਡੈਂਟ ਹੋਇਆ, ਇਹਦੇ 'ਚ ਜਿਹੜੀ ਕਾਰ ਸੀ I-20 ਉਹ ਮੋਗੇ ਵੱਲੋਂ ਆ ਰਹੀ ਸੀ ਇੱਧਰ ਨੂੰ ਮੁੰਡੇਵਾਲ ਵੱਲ ਨੂੰ, ਅਤੇ ਜਿਹੜੇ ਬੰਦੇ ਸੀਗੇ ਲਿਆਕਤ ਅਲੀ ਅਤੇ ਤਰਸੇਮ ਖਾਨ ਇਹ ਇੱਧਰੋਂ ਜਾ ਰਹੇ ਸੀਗੇ। ਜਰਾ ਉਹਦਾ ਐਕਸੀਡੈਂਟ ਹੋ ਗਿਆ, ਇਹਦੇ 'ਚ ਤਰਸੇਮ ਖਾਨ ਦੀ ਮੌਤ ਹੋ ਗਈ ਹੈ। ਜਿਹੜਾ ਲਿਆਕਤ ਅਲੀ ਆ ਉਹ ਸੀਰੀਅਸ ਇੰਜਰਡ ਹੈ ਅਤੇ ਉਹ ਫਰੀਦਕੋਟ ਸਰਕਾਰੀ ਹੋਸਪਿਟਲ 'ਚ ਦਾਖਲ ਹੈ ਅਤੇ ਅਸੀਂ ਉਹਦੇ FIR ਰਜਿਸਟਰ ਕਰ ਰਹੇ ਹਾਂ। मोगा से जागृति लहर के लिए नवीन सिंगला के साथ बिट्टू पूर्वा की रिपोर्ट।